ਦਰਸ਼ਕਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਦੋਸਤੋ, ਕਰੋਨਾ ਦੀ ਬਿਮਾਰੀ ਕਾਰਨ ਜਿੱਥੇ ਸਾਰੀ ਦੁਨੀਆ 'ਤੇ ਹਾਹਾਕਾਰ ਮੱਚੀ ਹੋਈ ਹੈ, ਅਤੇ ਪਿਛਲੇ ਦਿਨੀ ਵੀ ਇੱਕ ਆਪਣੇ ਬਠਿੰਡਾ ਤੋਂ ਲੈ ਕੇ ਚੀਤਾ ਪਿੰਡ ਤੱਕ ਦੀ ਲਿਸਟ ਜਾਰੀ ਹੋਈ ਸੀ ਕਿ ਜਿਹੜੇ ਜਮਾਤ ਦੇ ਕੁਛ ਵਿਅਕਤੀ ਸੀ ਉਹ ਇਹਨਾਂ ਪਿੰਡਾਂ ਵਿੱਚ ਠਹਿਰੇ ਸੀ, ਜਿਸ ਕਾਰਨ ਨਥਾਣਾ ਬਲਾਕ ਦੇ ਪਿੰਡ ਬੱਜਵਾਣਾ ਅਤੇ ਭਗਤਾ ਬਲਾਕ ਦੇ ਪਿੰਡ ਦਿਆਲਪੁਰਾ ਤੋਂ ਵੀ ਜਿੱਥੇ ਜਿੱਥੇ ਰਹੇ ਸੀ, ਜਿਨ੍ਹਾਂ ਦੇ ਉਹ ਕੰਟੈਕਟ ਵਿੱਚ ਆਏ ਸੀ, ਉਹਨਾਂ ਦੇ ਸੈਂਪਲ ਲਏ ਗਏ ਸੀ। ਆਪਣੇ ਨਥਾਣਾ ਬਲਾਕ ਦੇ ਪਿੰਡ ਬੱਜਵਾਣਾ ਅਤੇ ਭਗਤਾ ਬਲਾਕ ਦੇ ਪਿੰਡ ਦਿਆਲਪੁਰਾ ਦੇ ਜੋ ਸੈਂਪਲ ਲਏ ਗਏ ਸੀ ਉਹ ਨੈਗੇਟਿਵ ਆ ਗਿਆ, ਜਿਸ ਕਰਕੇ ਨਥਾਣਾ ਅਤੇ ਭਗਤਾ ਪਿੰਡਾਂ ਦੇ ਆਸ ਪਾਸ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ, ਅਤੇ ਬਾਕੀ ਹਲੇ ਕੁਝ ਸੈਂਪਲਾਂ ਬਾਰੇ ਸ਼ਾਇਦ ਰਹਿੰਦਾ ਹੋਵੇ, ਪਰ ਆਹ ਦੋ ਪਿੰਡਾਂ ਬਾਰੇ ਜਸਵਿੰਦਰ ਸਿੰਘ ਜਾਸ ਸਰਪੰਚ ਵਜੋਂ ਤੋਂ ਪਤਾ ਕੀਤਾ ਗਿਆ ਹੈ, ਅਤੇ ਪਿੰਡ ਦਿਆਲਪੁਰਾ ਤੋਂ ਸਰਦਾਰ ਇੰਦਰਜੀਤ ਸਿੰਘ ਜੀ ਸਰਪੰਚ ਦਿਆਲਪੁਰਾ ਮਿਰਜਾ ਤੋਂ ਇਸ ਬਾਰੇ ਜਾਣਕਾਰੀ ਲਈ ਗਈ ਹੈ, ਅਤੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੋ ਮੌਲਵੀ ਆਕਿਲ ਉਹਨਾਂ ਦੀ ਮੱਚ ਦੇ ਵਿੱਚ ਰਹਿੰਦਾ ਹੈ, ਉਹਨਾਂ ਦੇ ਪਰਿਵਾਰ ਨੂੰ ਸ਼ੱਕ ਦੇ ਆਧਾਰ 'ਤੇ ਸੈਂਪਲ ਲੈ ਗਏ ਸੀ, ਕਿਉਂਕਿ ਉਹ ਜਮਾਤ ਵਾਲੇ ਬੰਦੇ ਉੱਥੇ ਠਹਿਰੇ ਸੀ, ਅਤੇ ਉਹ ਸੈਂਪਲ ਕੱਲ੍ਹ ਹੁਣ ਨੈਗੇਟਿਵ ਆ ਗਿਆ, ਜਿਸ ਕਰਕੇ ਆਸੇ ਪਾਸੇ ਦੇ ਪਿੰਡਾਂ ਵਿੱਚ ਇੱਕ ਸਕੂਨ ਦਾ ਸਾਹ ਆਇਆ, ਕਿਉਂਕਿ ਬਹੁਤ ਲੋਕਾਂ ਨੂੰ ਖਤਰਾ ਖੜਾ ਹੋ ਗਿਆ ਸੀ ਕਿ ਉਹ ਬੰਦੇ ਦਿੱਲੀ ਤੋਂ ਚੱਲੇ ਹੋਏ ਆ, ਫਿਰ ਬਠਿੰਡਾ ਠਹਿਰਦੇ ਆ, ਬਠਿੰਡਾ ਤੋਂ ਹੁੰਦੇ ਹੋਏ ਆਪਣੇ ਬੱਜਵਾਣਾ ਦਿਆਲਪੁਰਾ ਮਲੂਕਾ ਕੋਠਾ ਅਤੇ ਜੀਤਾ ਪਿੰਡ ਜਾਂਦੇ ਆ, ਅਤੇ ਉੱਥੇ ਇੱਕ ਬੰਦੇ ਦੀ ਪੁਸ਼ਟੀ ਹੋ ਜਾਂਦੀ ਹੈ, ਬੰਦਾ ਵੀ ਪੌਜ਼ਟਿਵ ਆ, ਜਿਸ ਕਰਕੇ ਆਸ ਪਾਸ ਦੇ ਪਿੰਡਾਂ ਵਿੱਚ ਵੀ ਕਾਫੀ ਘਬਰਾਹਟ ਪਾਈ ਜਾਂਦੀ ਸੀ, ਅਤੇ ਜਿਸ ਕਰਕੇ ਹੁਣ ਲੋਕਾਂ ਨੇ ਸੁੱਖ ਦਾ ਸਕੂਨ ਲਿਆ। ਦੂਜਾ ਇਹ ਗੱਲ ਆ ਵੀ ਕਿ ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ, ਇਹਨੂੰ ਕਿਸੇ ਇੱਕ ਧਰਮ ਜਾਂ ਜਾਤ ਨਾਲ ਨਾ ਜੋੜੋ। ਕਈ ਥਾਈਂ ਦੇਖਣ ਨੂੰ ਆਇਆ, ਸੁਣਨ ਨੂੰ ਆਇਆ ਵੀ ਕਈ ਲੋਕਾਂ ਨੇ ਆਪਣੇ ਮੁਸਲਮਾਨ ਵੀਰਾਂ ਤੋਂ ਦੁੱਧ ਜਾਂ ਹੋਰ ਚੀਜ਼ਾਂ ਦੀ ਸਪਲਾਈ ਲੈਣੀ ਬੰਦ ਕਰਤੀ ਆ, ਵੀ ਕੋਈ ਨਹੀਂ, ਸਾਰੇ ਮੁਸਲਮਾਨ ਵੀਰ ਉੱਥੇ ਗਏ ਨੇ ਅਤੇ ਸਾਰੇ ਵੀਰ ਹੋਲੇ ਮਹੱਲੇ 'ਚ ਨਹੀਂ ਗਏ, ਅਤੇ ਹੋ ਨਹੀਂ ਸਕਦਾ ਵੀ ਸਾਰੇ ਵੀਰ ਜਿਹੜੇ ਹੋਲੇ ਮਹੱਲੇ 'ਚ ਗਏ ਹਨ ਉਹਨਾਂ ਨੂੰ ਕੋਈ ਸ਼ੱਕੀ ਵਿਅਕਤੀ ਮਿਲਿਆ ਹੋਵੇ, ਜਾਂ ਜਿਹੜੇ ਜਮਾਤ 'ਚ ਗਏ ਆ ਉਹਨੂੰ ਹਰ ਇੱਕ ਨੂੰ ਸ਼ੱਕੀ ਵਿਅਕਤੀ ਮਿਲਿਆ ਗਿਆ ਹੋਵੇ। ਪਰ ਜਦੋਂ ਆਪਾਂ ਸਮਾਜ ਵਾਲੇ ਉਹਨਾਂ ਨੂੰ ਹੇਠਲੀ ਨਜ਼ਰ ਨਾਲ ਵੇਖਾਂਗੇ ਤਾਂ ਜਿਹੜੇ ਸੱਕੀ ਮਰੀਜ਼ ਆ ਉਹ ਅੰਡਰਗਰਾਊਂਡ ਹੋ ਜਾਣਗੇ, ਜਿਸ ਕਰਕੇ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ, ਜਿਸ ਕਰਕੇ ਸਮੂਹ ਵੀਰਾਂ ਨੂੰ ਬੇਨਤੀ ਹੈ ਕਿ ਪਿਆਰ ਨਾਲ ਰਹੋ, ਜੇ ਕਿਸੇ ਦਾ ਦੁੱਖ ਸੁੱਖ ਹੋਵੇਗਾ ਉਹਨੂੰ ਵੰਡਾਓ, ਯਾਨੀ ਕਿ ਉਹਦਾ ਮਜ਼ਾਕ ਨਾ ਉਡਾਓ। ਜੇ ਕੋਈ ਤੁਹਾਨੂੰ ਲੱਗਦਾ ਵੀ ਕੋਈ ਮਰੀਜ਼ ਹੈ ਇਸ ਤਰ੍ਹਾਂ ਦਾ, ਉਹਦਾ ਆਪਣੇ ਵਿਭਾਗ ਨਾਲ, ਸਰਕਾਰ ਨਾਲ, ਪ੍ਰਸ਼ਾਸਨ ਨਾਲ ਕੰਟੈਕਟ ਕਰੋ,
ਅਤੇ ਲਗਾਤਾਰ ਉਹਦੇ ਕੰਟੈਕਟ ਵਿੱਚ ਰਹੋ ਬੰਦੇ ਦੇ। ਚਲੋ ਕਈ ਵਾਰੀ ਅਫਵਾਹਾਂ ਉੱਡ ਜਾਂਦੀਆਂ ਵੀ ਪ੍ਰਸ਼ਾਸਨ ਵਾਲੇ ਸਾਂਭ ਸੰਭਾਲ ਨਹੀਂ ਕਰਦੇ, ਅਤੇ ਇਹ ਕਈ ਵਾਰੀ ਅਫਵਾਹਾਂ ਵੀ ਹੋ ਸਕਦੀਆਂ ਵੀ ਜਿਵੇਂ ਸਰਪੰਚ ਸਾਹਿਬ ਦਿਆਲਪੁਰ ਰਾਜਿੰਦਰਜੀਤ ਸਿੰਘ ਨੇ ਦੱਸਿਆ, ਕਹਿੰਦੇ ਵੀ ਸਾਨੂੰ ਪ੍ਰਸ਼ਾਸਨ ਨੇ ਬੜਾ ਕੋਪਰੇਟ ਕੀਤਾ ਵੀ ਸਾਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਈ ਜਿਵੇਂ ਲੋਕ ਕਹਿ ਰਹੇ ਆ। ਸੋ ਕੋਈ ਜ਼ਰੂਰੀ ਨਹੀਂ ਵੀ ਹਰ ਗੱਲ ਸੱਚ ਹੁੰਦੀ ਹੋਵੇ ਅਤੇ ਅਫਵਾਹਾਂ ਬੜੀਆਂ ਚੱਲਦੀਆਂ, ਕਿਉਂ ਅਫਵਾਹ ਬਹੁਤ ਛੇਤੀ ਫੈਲ ਜਾਂਦੀ ਆ ਅਤੇ ਸੱਚ ਇੱਕ ਦੋ ਗਰੁੱਪਾਂ 'ਚ ਦੱਬ ਕੇ ਰਹਿ ਜਾਂਦਾ। ਸੋ ਕਿਰਪਾ ਕਰਕੇ ਬੇਨਤੀ ਆ ਕਿ ਜੇ ਫੈਲਾਉਣਾ ਤਾਂ ਸੱਚ ਨੂੰ ਫੈਲਾਓ, ਅਫਵਾਹਾਂ ਦਾ ਕੀ ਆ, ਇਹਨਾਂ ਨਾਲ ਤਾਂ ਨੁਕਸਾਨ ਹੀ ਆ। ਪਿਛਲੇ ਦਿਨ ਮੈਂ ਇੱਕ ਐਪੀਸੋਡ 'ਚ ਗਿਆ ਸੀ ਵੀ ਇੱਕ ਚੂਹੇ ਦੀ ਅਫਵਾਹ ਕਾਰਨ ਬੰਬੇ ਤੋਂ ਦਿੱਲੀ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ 131 ਉਹ ਵਾਪਸ ਮੁੜਿਆ ਸੀ 4 ਘੰਟਿਆਂ ਬਾਅਦ, ਅਤੇ ਇਸ ਤਰ੍ਹਾਂ ਅਫਵਾਹ ਫੈਲਾ ਕੇ ਆਪਣੇ ਦੇਸ਼ ਮਨੁੱਖਤਾ ਨੂੰ ਪਿੱਛੇ ਨਾ ਮੋੜੋ ਬਲਕਿ ਇਹਨੂੰ ਅੱਗੇ ਲਿਜਾਓ। ਸੋ ਆਪਾਂ ਰਿਪੋਰਟ ਦੇਖਦੇ ਹਾਂ ਪਿੰਡ ਪਹਿਲਾਂ ਵਜਵਾਣੇ ਤੋਂ, ਆਪਾਂ ਨੂੰ ਸਰਪੰਚ ਜਸਵਿੰਦਰ ਸਿੰਘ ਜਾਸ ਪਿੰਡ ਬਾਰੇ ਜਾਣਕਾਰੀ ਦੇਣਗੇ, ਅਤੇ ਇਸ ਤੋਂ ਬਾਅਦ ਆਪਾਂ ਰਿਪੋਰਟ ਦੇਖਾਂਗੇ ਪਿੰਡ ਦਿਆਲਪੁਰਾ ਮਿਰਜਾ ਦੀ ਸਰਪੰਚ ਇੰਦਰਜੀਤ ਸਿੰਘ ਜੀ ਅਤੇ ਉਸ ਮੌਲਵੀ ਦੇ ਪਰਿਵਾਰ ਨੂੰ ਬੁਲਾਉਣਗੇ, ਅਤੇ ਬਾਕੀ ਤੁਹਾਨੂੰ ਇੱਕ ਆਡੀਓ ਕਲਿੱਪ ਸੁਣਾਵਾਂਗੇ ਜਿਸ ਵਿੱਚ ਸਰਪੰਚ ਸਾਹਿਬ ਨੇ ਪੁਸ਼ਟੀ ਕੀਤੀ ਆ। ਆਓ ਆਪਾਂ ਚੱਲਦੇ ਹਾਂ ਪਿੰਡ ਬਜਵਾਣਾ ਅਤੇ ਦਿਆਲਪੁਰਾ। ਸਾਡੇ ਬਜਵਾਣਾ ਪਿੰਡ ਤੋਂ ਸ਼ੱਕੀ ਆਧਾਰ 'ਤੇ 4 ਬੰਦੇ ਲਿਜਾਏ ਗਏ ਸੀਗੇ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਆਹ ਦੇਖੋ ਜੀ, ਜਾਨ ਮੁਹੰਮਦ ਮੁਲਾਗਰ ਖਾਨ, ਸਨ ਆਫ ਜਾਨ ਮੁਹੰਮਦ, ਇਹਨਾਂ ਦੀ ਨੈਗੇਟਿਵ ਰਿਪੋਰਟ ਆਈ ਹੈ ਜੀ। ਇੱਧਰ ਦੇਖ ਲਓ ਜੀ, ਸਦੀਕ ਮੁਹੰਮਦ, ਸਨ ਆਫ ਜਾਨ ਮੁਹੰਮਦ, ਇਹਨਾਂ ਦੀ ਵੀ ਨੈਗੇਟਿਵ ਰਿਪੋਰਟ ਆਈ ਹੈ ਜੀ। ਇੱਧਰ ਸਾਕਿਬ, ਸਨ ਆਫ ਮੁਸਤਕੀਮ, ਸਾਡੇ ਮੌਲਵੀ ਸਾਹਿਬ ਦੇ ਲੜਕੇ ਹੈਗੇ ਜੀ ਵੱਡੇ, ਇਹਨਾਂ ਦੀ ਵੀ ਰਿਪੋਰਟ ਨੈਗੇਟਿਵ ਆਈ ਹੈ ਜੀ। ਆਹ ਉਹਨਾਂ ਦੇ ਛੋਟੇ ਲੜਕੇ ਹੈ ਜੀ ਅਜਹਰ, ਜੋ ਮੌਲਵੀ ਸਾਹਿਬ ਦੇ ਸਾਡੇ ਛੋਟੇ ਲੜਕੇ ਹੈ ਜੀ, ਇਹਨਾਂ ਦੀ ਵੀ ਰਿਪੋਰਟ ਨੈਗੇਟਿਵ ਆਈ ਹੈ ਜੀ। ਅਤੇ ਅਸੀਂ ਸਾਰੇ ਹੀ ਪਿੰਡ ਦੇ ਸਰਪੰਚ ਸਾਹਿਬ ਅਤੇ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ, ਅਤੇ ਅੱਗੇ ਤੋਂ ਵੀ ਅਸੀਂ ਪ੍ਰਸ਼ਾਸਨ ਦੀ ਸਾਥ ਦੇਵਾਂਗੇ ਔਰ ਦਿੰਦੇ ਰਹਾਂਗੇ। ਸਾਰੇ ਜੀ ਪਿੰਡ ਦਾ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮੈਂ ਜਸਵਿੰਦਰ ਸਿੰਘ ਜੱਸ, ਸਰਪੰਚ ਪਿੰਡ ਬਜਵਾਣਾ। ਜਿਵੇਂ ਕਿ ਜੋ ਪੰਜਾਬ ਦੇ ਵਿੱਚ ਹਾਲਾਤ ਚੱਲ ਰਹੇ ਆ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਕਰਕੇ, ਉਹਦੇ ਆਧਾਰ 'ਤੇ ਸਾਡੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ 4 ਵਿਅਕਤੀ ਜਿਨ੍ਹਾਂ ਨੂੰ ਕਿ ਸ਼ੱਕ ਦੇ ਆਧਾਰ 'ਤੇ ਪਰਸੋਂ ਆਪਣਾ ਸਿਹਤ ਵਿਭਾਗ ਦੇ ਕਰਮਚਾਰੀ ਇੱਥੋਂ ਲੈ ਕੇ ਗਏ ਸੀ, ਔਰ ਉਹਨਾਂ ਦੇ ਜੋ ਅੱਜ ਟੈਸਟ ਆਏ ਆ ਅਤੇ 4 ਦੀਆਂ ਰਿਪੋਰਟਾਂ ਹੀ ਨੈਗੇਟਿਵ ਆਈਆਂ। ਸਾਡੇ ਪਿੰਡ ਲਈ ਖੁਸ਼ੀ ਦੀ ਗੱਲ ਆ ਕਿਉਂਕਿ ਸਾਡਾ ਭਾਈਚਾਰੇ ਦਾ ਸੰਬੰਧਿਤ ਪਿੰਡ ਆ, ਸਾਰੇ ਰਲ ਮਿਲ ਕੇ ਰਹਿੰਦੇ ਆ। ਸੋ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ ਕਿ ਇਹ ਪਰਮਾਤਮਾ ਨੇ ਸਾਡੇ ਪਿੰਡ 'ਤੇ ਕਿਰਪਾ ਕੀਤੀ ਆ। ਜਿਹੜੇ 4 ਰਿਪੋਰਟਾਂ ਨੈਗੇਟਿਵ ਆਈਆਂ, ਹੁਣ ਅਸੀਂ ਅੱਗੇ ਤੋਂ ਵੀ ਪ੍ਰਸ਼ਾਸਨ ਦੇ ਨਾਲ, ਇਹ ਵੀ ਸਾਡਾ ਇਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਮੁਸਲਿਮ ਭਾਈਚਾਰੇ ਨੇ, ਅਤੇ ਅਸੀਂ ਵੀ ਇਹਨਾਂ ਨੂੰ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦੇਵਾਂਗੇ। ਸੋ ਇਸ ਕਰਕੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਨਾਲ ਦੀ ਨਾਲ ਕਹਿਣ 'ਤੇ ਜਿਵੇਂ ਅਸੀਂ ਕਿਹਾ, ਜਿਹੜੀ ਅਸੀਂ ਇਹਨਾਂ ਨੂੰ ਬੱਚਤ ਰੱਖਣ ਵਾਸਤੇ ਕਿਹਾ, ਘਰ ਵਿੱਚ ਹੀ ਰਹਿਣ ਲਈ ਕਿਹਾ, ਇਹਨਾਂ ਨੇ ਸਾਡੀਆਂ ਜਿਹੜੀਆਂ ਹਦਾਇਤਾਂ ਦੀ ਪਾਲਣਾ ਕੀਤੀ। ਸੋ ਅਸੀਂ ਇੱਕ ਵਾਰ ਫਿਰ ਸਾਰੇ ਪ੍ਰਸ਼ਾਸਨ ਦਾ
ਧੰਨਵਾਦ ਕਰਦੇ ਹਾਂ ਅਤੇ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹ ਹੁਣ ਵੀ ਅੱਗੇ ਤੋਂ ਵੀ ਜੋ ਪ੍ਰਸ਼ਾਸਨ ਦੇ ਨਿਯਮਾਂ ਉਹਨਾਂ ਦੀ ਪਾਲਣਾ ਕਰਨਗੇ ਅਤੇ ਕਰਦੇ ਰਹਿਣਗੇ। ਧੰਨਵਾਦ। ਮੈਂ ਮੁਹੰਮਦ ਆਕਿਲ ਜਲਪੁਰਾ ਮੇਜਰ ਤੋਂ ਬੋਲ ਰਿਹਾ ਹਾਂ ਜੀ। ਸਾਡੇ ਟੈਸਟ ਦਿੱਤੀ ਉਹ ਰਿਪੋਰਟਾਂ ਸਹੀ ਆਈਆਂ ਜੀ। ਪ੍ਰਦਰਸ਼ਨ ਨੇ ਸਾਡਾ ਸਹੀ ਸਾਥ ਦਿੱਤਾ ਜੀ। ਸਾਡੇ ਸਰਪੰਚ ਸਾਹਿਬ ਨੇ ਵੀ ਸਾਡੇ ਨਾਲ ਦੁੱਖ ਦੇ ਘੜੀ ਦੇ ਨਾਲ ਖੜ੍ਹੇ ਰਹੇ। ਅਲਹਮਦੁਲਿਲਾ ਸਾਡੇ ਰਿਪੋਰਟਾਂ ਬਿਲਕੁਲ ਸਹੀ ਹੈ। ਜੋ ਬਾਈ ਨੇ ਕੋਈ ਤਕਲੀਫ ਹੋਵੇ ਉਹ ਵੀ ਬੰਦਾ ਦਿਖਾ ਸਕਦਾ, ਕੋਈ ਇਹਦੇ ਵਿੱਚ ਸ਼ੱਕ ਦੀ ਕੋਈ ਗੱਲ ਨਹੀਂ ਹੈ। ਇਹ ਬਿਮਾਰੀ ਦਾ ਘਰ ਹੈ, ਅਲਾਮ ਪੂਰੀ ਦੁਨੀਆਂ ਦੀ ਹਿਫਾਜ਼ਤ ਕਰੇ ਇਸ ਚੀਜ਼ ਤੋਂ। ਅਸਲਾਮ ਵਾਲੇਕੁਮ। ਮਿਲ ਜਾਏਗਾ ਦਾਲਪੁਰ ਤੋਂ ਬੋਲ ਰਹੇ ਭਾਈ ਅਸੀਂ ਬੰਬੇ।